ਵਿਦੇਸ਼ਾਂ ਤੋਂ ਪੰਜਾਬ ਲਈ ਆਉਂਦੇ ਲੱਖਾਂ ਪੰਜਾਬੀਆਂ ਲਈ ਆਸਟ੍ਰੇਲੀਆ ਤੋਂ ਜਿਹੜੀ ਪਿਛਲੇ ਕੁਝ ਸਮੇਂ ਤੋਂ ਜਿਹੜੀ ਕਨੈਕਟੀਵਿਟੀ ਸੀ ਏਅਰ ਕਨੈਕਟੀਵਿਟੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈਅੱਡੇ ਤੇ ਆਉਣ ਲਈ ਬਹੁਤ ਇੰਪਰੂਵ ਹੋ ਰਹੀ ਹੈ ਤੇ ਇਸ ਵਿੱਚ ਹੁਣ ਇੱਕ ਨਵਾਂ ਜਿਹੜਾ ਸ਼ਹਿਰ ਸ਼ਾਮਲ ਹੋਇਆ ਉਹ ਹੈ ਨਿਊਜ਼ੀਲੈਂਡ ਦਾ ਆਕਲੈਂਡ ਏਅਰ ਏਸ਼ੀਆ ਐਕਸ ਮਲਿੰਡੋ ਤੇ ਸਕੂਟ ਇਹ ਤਿੰਨੋਂ ਏਅਰਲਾਈਨਾਂ ਆਸਟ੍ਰੇਲੀਆ ਤੋਂ ਬਹੁਤ ਹੀ ਕਨਵੀਨੀਅੰਟਲੀ ਪੰਜਾਬੀਆਂ ਨੂੰ ਅੰਮ੍ਰਿਤਸਰ ਨਾਲ ਜੋੜਦੀਆਂ ਨੇ ਅਤੇ ਹੁਣ ਜਿਹੜੀ ਸਿੰਗਾਪੁਰ ਏਅਰਲਾਈਨ ਹੈ ਉਹ ਆਪਣੀ ਆਕਲੈਂਡ ਸਿੰਗਾਪੁਰ ਉਡਾਨ ਜਿਹੜੀ ਨਵੀਂ ਸ਼ੁਰੂ ਕਰਨ ਜਾ ਰਹੀ ਹੈ 28 ਅਕਤੂਬਰ ਤੋਂ ਉਸ ਨੂੰ ਕਨਵੀਨੀਅੰਟਲੀ ਸਿਰਫ 4 ਘੰਟੇ ਬਾਅਦ ਹੀ ਸਿੰਗਾਪੁਰ ਰਾਹੀਂ ਆਕਲੈਂਡ ਨਾਲ ਜੋੜੇਗੀ ਸੋ ਜਿਹੜਾ ਤੁਹਾਡਾ ਕੁੱਲ ਸਫ਼ਰ ਹੈ ਜਿਹੜਾ ਅੰਮ੍ਰਿਤਸਰ ਆਕਲੈਂਡ ਦਾ ਉਹ ਸਿਰਫ 20 ਘੰਟੇ 20 ਮਿੰਟ 'ਚ ਪੂਰਾ ਹੋ ਜਾਏਗਾ ਇਸੇ ਤਰ੍ਹਾਂ ਆਕਲੈਂਡ ਤੋਂ ਅੰਮ੍ਰਿਤਸਰ ਦਾ ਸਫ਼ਰ ਵੀ ਜਿਹੜਾ ਹੈ ਉਹ ਸਿਰਫ 23 ਘੰਟੇ ਵਿੱਚ ਪੂਰਾ ਹੋ ਜਾਵੇਗਾ ਜੇ ਇਹ ਉਡਾਨ ਸਿਰਫ 31 ਮਾਰਚ ਤੱਕ ਅਵੇਲੇਬਲ ਹੈ ਉਸ ਤੋਂ ਬਾਅਦ ਜੇਕਰ ਇਹ ਉਡਾਨ ਸਫਲ ਹੁੰਦੀ ਹੈ ਤਾਂ ਸਿੰਗਾਪੁਰ ਏਅਰਲਾਈਨ ਜ਼ਰੂਰ ਆਪਣੇ ਅੰਕੜੇ ਚੈੱਕ ਕਰਕੇ ਇਸ ਉਡਾਨ ਨੂੰ ਅੱਗੇ ਤੱਕ ਪੂਰੇ ਸਾਲ ਲਈ ਵਧਾ ਸਕਦੀ ਹੈ ਬਹੁਤ ਸਾਰੇ ਯਾਤਰੀ ਸਾਨੂੰ ਇਹ ਕਹਿੰਦੇ ਨੇ ਕਿ ਸਾਨੂੰ ਸਾਡੇ ਫੇਸਬੁੱਕ ਪੇਜ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ 'ਤੇ ਵੀ ਇਹ ਲਿਖਦੇ ਨੇ ਕਿ ਸਿੰਗਾਪੁਰ ਏਅਰਲਾਈਨ ਕਿਉਂ ਨਹੀਂ ਸਿੰਗਾਪੁਰ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਦੀ ਸਕੂਟ ਦੀ ਜਿਹੜੀ ਉਡਾਨਾਂ ਨੇ ਉਹਨੂੰ ਘੱਟ ਕਿਰਾਏ ਵਾਲੀ ਏਅਰਲਾਈਨ ਕਿਹਾ ਜਾਂਦਾ ਹੈ ਅਤੇ ਜੇ ਤੁਸੀਂ ਬਹੁਤ ਹੀ ਜਲਦੀ 4 ਤੋਂ 5 ਮਹੀਨੇ ਪਹਿਲਾਂ ਵੀ ਇਹਨਾਂ ਦੀਆਂ ਉਡਾਨਾਂ ਜੇ ਤੁਸੀਂ ਬੁੱਕ ਕਰਦੇ ਜੇ ਤਾਂ ਇਹ ਬਹੁਤ ਹੀ ਇਹਨਾਂ ਦੀ ਕੀਮਤ ਸਸਤੀ ਹੁੰਦੀ ਹੈ ਅਤੇ ਤੁਸੀਂ ਆਪਣੇ ਹਿਸਾਬ ਨਾਲ ਜੇਕਰ ਤੁਸੀਂ ਜ਼ਿਆਦਾ ਸਮਾਨ ਲੈ ਕੇ ਜਾਣਾ ਹੈ ਜਾਂ ਤੁਸੀਂ ਜ਼ਿਆਦਾ ਫੂਡ ਬਾਏ ਕਰਨਾ ਹੈ ਤਾਂ ਤੁਸੀਂ ਉਹਦੇ ਲਈ ਪੇਮੈਂਟ ਪਹਿਲਾਂ ਹੀ ਐਡਵਾਂਸ ਕਰ ਸਕਦੇ ਜੇ ਜੇਕਰ ਤੁਸੀਂ ਨਹੀਂ ਖੜਨਾ ਤਾਂ ਤੁਹਾਨੂੰ ਇਹਨਾਂ ਦੀ ਟਿਕਟਾਂ ਬਹੁਤ ਹੀ ਸਸਤੀਆਂ ਕੀਮਤ 'ਤੇ ਮਿਲਦੀਆਂ ਹੈ ਪ੍ਰੀਮੀਅਮ ਇਕਾਨਮੀ ਅਤੇ ਜਾਂ ਬਿਜ਼ਨਸ ਕਲਾਸ ਸੀਟਾਂ ਵੀ ਜਿਹੜੀਆਂ ਆਮ ਏਅਰਲਾਈਨ ਵੱਲੋਂ ਇਹਨਾਂ ਦੀਆਂ ਬਹੁਤ ਸਸਤੀਆਂ ਹੁੰਦੀਆਂ ਹੈ ਅਤੇ ਤੁਸੀਂ ਖੁੱਲੀਆਂ ਸੀਟਾਂ ਵੀ ਇਹਨਾਂ ਵਿੱਚ ਲੈ ਸਕਦੇ ਜੇ ਕੁਝ ਹੀ ਡਾਲਰ ਦੇ ਕੇ ਜੋ ਕਿ ਬਾਕੀਆਂ ਏਅਰਲਾਈਨਾਂ ਦੇ ਮੁਕਾਬਲੇ ਬਹੁਤ ਘੱਟ ਨੇ ਇਸੇ ਤਰ੍ਹਾਂ ਏਅਰ ਏਸ਼ੀਆ ਵੀ ਜਿਹੜੀ ਹੈ ਉਹਦੇ ਵਿੱਚ 12 ਫਲੈਟ ਬੈੱਡ ਜਿਹਨੂੰ ਕਹਿੰਦੇ ਬਿਜ਼ਨਸ ਕਲਾਸ ਸੀਟਸ ਨੇ ਅਤੇ ਉਹਦਾ ਵੀ ਜੇ ਤੁਸੀਂ ਹੁਣੇ ਕਰਾਇਆ ਜੇ ਤੁਸੀਂ ਐਡਵਾਂਸ 4-5 ਮਹੀਨੇ ਪਹਿਲਾਂ ਖਰੀਦ ਲੈਂਦੇ ਜੇ ਤਾਂ ਉਹ ਵੀ ਤੁਹਾਨੂੰ ਬਹੁਤ ਹੀ ਚੰਗੀ ਕੀਮਤਾਂ 'ਤੇ ਮਿਲ ਸਕਦੀ ਹੈ ਇਹੋ ਹੀ ਅਸੀਂ ਮੰਗ ਕਰਦੇ ਹਾਂ ਕਿ ਵੱਧ ਤੋਂ ਵੱਧ ਤੁਸੀਂ ਇਹਨਾਂ ਏਅਰਲਾਈਨਾਂ 'ਤੇ ਜੇਕਰ ਸਫ਼ਰ ਕਰੋਗੇ ਤਾਂ ਜਿਹੜੇ ਅੰਕੜੇ ਨੇ ਉਹ ਦੂਜੀ ਏਅਰਲਾਈਨਾਂ ਕੋਲ ਵੀ ਜਾਣਗੇ ਅਤੇ ਉਹ ਵੀ ਦੇਖਣਗੇ ਕਿ ਇਹ ਕਿੰਨੀਆਂ ਟਿਕਟਾਂ ਕਿੰਨੇ ਦੀਆਂ ਖਰੀਦ ਰਹੇ ਨੇ ਕਿੰਨੇ ਯਾਤਰੀ ਆ ਜਾ ਰਹੇ ਨੇ ਅਤੇ ਉਸ ਨਾਲ ਉਹਨਾਂ ਨੂੰ ਵੀ ਇਹਨਾਂ ਫਲਾਈਟਾਂ ਸ਼ੁਰੂ ਕਰਨ ਵਿੱਚ ਸਹੂਲਤ ਹੋਵੇਗੀ ਕਿਉਂਕਿ ਸਾਰਾ ਜਿਹੜੇ ਅੰਕੜੇ ਨੇ ਸਾਨੂੰ ਵੀ ਫਲਾਈ ਅੰਮ੍ਰਿਤਸਰ ਵੱਲੋਂ ਅਸੀਂ ਇਹ ਅੰਕੜੇ ਉਹਨਾਂ ਨੂੰ ਦੇ ਸਕਦੇ ਹਾਂ ਨਾਲ ਦੀ ਨਾਲ ਏਅਰ ਏਸ਼ੀਆ ਅਤੇ ਮਲਿੰਡੋ ਵੀ ਅੰਮ੍ਰਿਤਸਰ ਨੂੰ ਆਸਟ੍ਰੇਲੀਆ ਨਾਲ ਜੋੜ ਰਹੀਆਂ ਨੇ ਅਤੇ ਹੋਰ ਵੀ ਜਿਹੜੀਆਂ ਡੈਸਟੀਨੇਸ਼ਨਸ ਨੇ ਬੈਂਕਕ ਹਾਂਗਕਾਂਗ ਫਿਲੀਪੀਨਸ ਮਲੇਲਾ ਜਿਹੜਾ ਕਿ ਫਿਲੀਪੀਨਸ ਵਿੱਚ ਹੈ ਜੇਕਰ ਪੰਜਾਬੀ ਵੱਧ ਤੋਂ ਵੱਧ ਇਹਨਾਂ ਫਲਾਈਟਸ 'ਤੇ ਅੰਮ੍ਰਿਤਸਰ ਆਉਣਗੇ ਅਤੇ ਬਾਕੀ ਏਅਰਲਾਈਨਸ ਵੀ ਇਹਨਾਂ ਜਿਹੜੀਆਂ ਜਿਹੜੇ ਅੰਕੜਿਆਂ ਨੂੰ ਆ ਉਹ ਸਟੱਡੀ ਕਰਨਗੀਆਂ ਅਤੇ ਉਹ ਜ਼ਰੂਰ ਆਪਣੀਆਂ ਜਿਹੜੀਆਂ ਫਲਾਈਟਸ ਨੇ ਇੱਥੇ ਸ਼ੁਰੂ ਕਰਨਗੀਆਂ ਪੰਜਾਬੀ ਜਿਹੜੇ ਬਾਹਰ 550 ਸਾਲਾ ਸ਼ਤਾਬਦੀ ਲਈ ਵੀ ਸਿੱਖ ਜਿਹੜੇ ਬਹੁਤ ਹੀ ਵੱਡੀ ਗਿਣਤੀ ਵਿੱਚ ਪੰਜਾਬ ਪਹੁੰਚ ਰਹੇ ਨੇ ਉਹਨਾਂ ਲਈ ਵੀ ਚੰਗੀ ਗੱਲ ਹੈ ਕਿ ਅੰਮ੍ਰਿਤਸਰ ਤੋਂ ਹੁਣ 4 ਹਫ਼ਤੇ ਵਿੱਚ 4 ਦਿਨਾਂ ਲਈ ਪਟਨਾ ਸਾਹਿਬ ਦੀ ਉਡਾਨ ਸ਼ੁਰੂ ਹੋਣ ਜਾ ਰਹੀ ਹੈ ਅਤੇ ਨੰਦੇੜ ਸਾਹਿਬ ਲਈ ਵੀ 2 ਹਫ਼ਤੇ ਵਿੱਚ 2 ਦਿਨ ਅੰਮ੍ਰਿਤਸਰ ਤੋਂ ਇਹ ਫਲਾਈਟ ਚੱਲਦੀ ਹੈ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਡੈਸਟੀਨੇਸ਼ਨਸ ਨੇ ਕੋਸ਼ਿਸ਼ ਕਰੀਏ ਸਿੱਧਾ ਅੰਮ੍ਰਿਤਸਰ ਤੋਂ ਆਈਏ ਅੰਮ੍ਰਿਤਸਰ ਨੂੰ ਆਈਏ ਖਾਸ ਕਰਕੇ ਹੁਣ ਆਕਲੈਂਡ ਵਾਲਿਆਂ ਨੂੰ ਆਪਣੀ ਉਡਾਨ ਲੈਣ ਲਈ ਪਹਿਲਾਂ ਉਹਨਾਂ ਨੂੰ ਜਾਂ ਤਾਂ ਵਾਇਆ ਦਿੱਲੀ ਜਾਣਾ ਪੈਂਦਾ ਸੀ ਅਤੇ ਉੱਥੇ ਕਾਫੀ ਇੰਤਜ਼ਾਰ ਕਰਕੇ ਫਿਰ ਹੋਰ ਕਨੈਕਟੀਵਿਟੀ ਕਨੈਕਸ਼ਨ ਲੈ ਕੇ ਫਿਰ ਨਿਊਜ਼ੀਲੈਂਡ ਪਹੁੰਚਦੇ ਸੀ ਜੇਕਰ ਉਹ ਇਹ ਉਡਾਨਾਂ ਲੈਂਦੇ ਨੇ ਤਾਂ ਉਹ ਬਹੁਤ ਹੀ ਕਨਵੀਨੀਅੰਟਲੀ ਹੁਣ ਆਕਲੈਂਡ ਲਈ ਆਪਣੀ ਯਾਤਰਾ ਪੂਰੀ ਕਰ ਸਕਦੇ ਨੇ ਅਤੇ ਆਓ ਅਸੀਂ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ ਇਹਨਾਂ ਉਡਾਨਾਂ ਦੇ ਸਫ਼ਰ ਕਰੀਏ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈਅੱਡੇ ਨੂੰ ਸਫਲ ਕਰੀਏ ਧੰਨਵਾਦ